ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਗੁਰਮਤ ਨਾਮ ਦਾ ਪ੍ਰਕਾਸ਼। ਸਿਦਕ ਹਲਾਸ ਨਾਲ ਭਰਿਆ ਮੇਰਾ ਹਿਰਦਾ ਘੱਟ ਡਲ ਡਲ ਕਰੇ, ਚਾਉ ਚੜਿਆ ਹੋਇਆ ਅੰਗਾਂ ਵਿੱਚ ਫੁੱਲਿਆ ਮੇਵੇ ਸਮਾਵੇ ਨਾਹੀਂ। ਮੈਨੂੰ ਮਸਾਂ ਪ੍ਰਭਾਤ ਆਈ, ਮਹਾਰਾਜ ਦੇ ਪ੍ਰਕਾਸ਼ ਹੋਣ ਦੇ ਸਮੇਂ ਤੋਂ 10 ਮਿੰਟ ਪਹਿਲਾਂ ਹੀ ਗੁਰਦੁਆਰੇ ਹੋਏ ਕੇ ਸਾਹਿਬ ਸੰਭਾਲਣ ਦੀ ਠਾਣ ਲਈ। ਮੈਂ ਖਾਸਾ ਚਿਰ ਪਹਿਲਾਂ ਹੀ ਆਪਣੀ ਗੁਫਾ ਵਿੱਚੋਂ ਉੱਠ ਕੇ ਹੇਠਾਂ ਆਉਣ ਨੂੰ ਤਿਆਰ ਹੋ ਗਿਆ ਅਤੇ ਪਊਏ ਪਾਈ ਹੌਲੀ ਹੌਲੀ ਗੁਰਦੁਆਰੇ ਵੱਲ ਧਾਈ ਕੀਤੀ। ਗੁਰਮੰਤਰ ਦੇ ਸਪਸ਼ਟ ਆਉਣ ਦੀ ਰਮਜੀ ਖੇਡ ਨੂੰ ਗੁਰਦੁਆਰਿਓਂ ਅੰਕਿਤ ਹੋਣ ਦੀ ਭਾਵਨਾ ਹਿਰਦੇ ਅੰਦਰ ਰੱਖਦੇ ਹੋਏ ਗੁਰਦੁਆਰੇ ਔਰ ਜਾਂਦਿਆਂ ਇਹ ਬਿਨਾਂ ਜੋਦੜੀ ਸਫੁਰ ਹੋਈ ਕਿ ਗੁਰਮੰਤਰ ਦੇ ਦ੍ਰਿੜ ਕਰਾਉਣ ਹਿੱਤ ਜੋ ਗੁਰਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰੇ ਹੁਕਮਾਇਆ ਜਾਵੇਗਾ, ਗੁਰਵਾਕ ਅੰਦਰ ਰਮਜ਼ ਮਾਤਰ ਵੀ ਜੋ ਇਸ਼ਾਰਾ ਗੁਰਮੰਤਰ ਪ੍ਰਥਾਏ ਹੋਏਗਾ ਉਹ ਸੰਪੂਰਨ ਗੁਰਮੰਤਰ ਸਿਮਰਨ ਨਿਮਿਤ ਨਿਸ਼ਚਿਤ ਕੀਤਾ ਜਾਵੇਗਾ। ਉਸ ਸਮੇਂ ਹਿਰਦੇ ਦ੍ਰਿਸ਼ਟੀਗੋਚਰ ਜਿਤਨੇ ਨਾਮ ਵੀ ਗੁਰਬਾਣੀ ਅੰਦਰ ਆਏ ਸਨ ਉਹਨਾਂ ਵਿੱਚ ਜਿਸ ਨਾਮ ਦਾ ਇਸ਼ਾਰਾ ਰਮਜ਼ ਮਾਤਰ ਵੀ ਹੋਵੇਗਾ ਉਸ ਨਾਮ ਨੂੰ ਸਤਨਾਮ ਸਿਮਰਨ ਯੋਗ ਗੁਰਮੰਤਰ ਨਾਮ ਦ੍ਰਿੜ ਕਰ ਮੰਨਿਆ ਜਾਵੇਗਾ। ਇਸ ਤੋਂ ਛੁੱਟ ਦੁੱਤੀ ਸਮੂਹ ਨਾਮ ਜੋ ਗੁਰਬਾਣੀ ਅੰਦਰ ਆਏ ਹਨ ਉਹ ਕਿਰਤਮ ਨਾਮ ਸਮਝੇ ਜਾਣਗੇ। ਗੁਰਬਾਣੀ ਅੰਦਰ ਪੇਖੇ ਪਠਨ ਕੀਤੇ ਜੋ ਸਨਮੁਖ ਚਿੱਤਰਿਤ ਸਨ ਉਹਨਾਂ ਵਿੱਚੋਂ ਗੁਰੂ ਅਤੇ ਵਾਹ ਪਦ ਜੇ ਆਏ ਤਾਂ ਇਹਨਾਂ ਦੋਹਾਂ ਵਿੱਚੋਂ ਕੋਈ ਇੱਕ ਵੀ ਆਇਆ ਤਾਂ ਉਸ ਤੋਂ ਇਹ ਸੰਭਾਵਨਾ ਹੋਵੇਗੀ ਕਿ ਇਹ ਵਾਹਿਗੁਰੂ ਨਾਮ ਵੱਲ ਇਸ਼ਾਰਾ ਹੈ। ਗੁਰੂ ਗੁਰੂ ਅਤੇ ਵਾਹ ਵਾਹ ਦਾ ਜਾਪ ਪੂਰਾ ਸ਼ਬਦ ਵਾਹਿਗੁਰੂ ਸਿਮਰਨ ਦਾ ਰਮਜ਼ੀ ਹੁਕਮ ਹੋਵੇਗਾ। ਦ੍ਰਿਸ਼ਟਾਂਤ ਮਾਤਰ ਜੇਕਰ ਇਹ ਹੁਕਮ ਆਇਆ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾਂ ਮੈਂ ਨਾਹੀਂ ਹੋਰ, ਤਦ ਇਹ ਗੁਰੂ ਪਦ ਸੰਪੂਰਨ ਵਾਹਿਗੁਰੂ ਜਾਪ ਦਾ ਬੋਧਕ ਹੋਵੇਗਾ। ਅਥਵਾ ਇਉਂ ਆ ਗਿਆ ਮੇਰੇ ਮਨ ਗੁਰ 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 ਸਦ ਕਰੀਏ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੌਬਲ ਹਰੀਏ, ਤਦ ਵੀ ਇਹ ਹੁਕਮ ਵਾਹਿਗੁਰੂ ਸਿਮਰਨ ਪ੍ਰਥਾਏ ਦ੍ਰਿੜ ਕੀਤਾ ਜਾਵੇਗਾ। ਇਸ ਪ੍ਰਕਾਰ ਦੀ ਪ੍ਰਥਮ ਹੀ ਧਾਰਨਾ ਧਾਰ ਕੇ ਚਿਤਵਨੀ ਚਿਤਵਦਿਆਂ ਗੁਰਦੁਆਰੇ ਵੱਲ ਧਾਈ ਕਰੀ ਚੱਲਿਆ ਜਾ ਰਿਹਾ ਸੀ। ਪਰ ਮਲਕ ਮਲਕ ਪੈਰ ਧਰਾਂ ਜਦੋਂ ਮੈਂ ਅਤ ਨੇੜੇ ਟੁੱਕਾ ਤਾਂ ਮਧੁਰ ਮਧੁਰ ਪਾਠ ਦੀ ਰਸੀਲੀ ਅਤ ਮਨਮੋਹਣੀ ਦਿਲ ਖਿੱਚਵੀਂ ਧੁਨੀ ਸੁਣੀ ਜੋ ਮੈਨੂੰ ਮਸਤ ਕਰਦੀ ਜਾਵੇ ਪਰ ਬਾਣੀ ਸਪਸ਼ਟ ਤੌਰ 'ਤੇ ਸੁਣੀ ਅਤੇ ਸਮਝੀ ਨਾ ਜਾਵੇ। ਬੜਾ ਹੈਰਾਨ ਕਿ ਅੱਜ ਸਵਖਤੇ ਹੀ ਕਿਸਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਅਤੇ ਕੌਣ ਐਸੀ ਚਿੱਤ ਚੀਰਵੀਂ ਪ੍ਰੇਮ ਲਟਕ ਵਿੱਚ ਅਟਕ ਅਟਕ ਕੇ ਅਤੇ ਲਮਕ ਲਮਕ ਕੇ ਪਾਠ ਕਰ ਰਿਹਾ ਹੈ। ਜਦ ਮੈਂ ਐਨ ਦਰਵਾਜ਼ੇ ਦੀ ਦੇਹੁਲੀ ਪਾਸ ਪੁੱਜਾ ਅਤੇ ਅੰਦਰ ਵਾਰ ਵੜਨ ਲੱਗਾ ਤਾਂ ਮੇਰਾ ਸੀਸ ਇਕਦਮ ਝੁੱਕ ਗਿਆ ਅਤੇ ਫੜਕ ਮੇਰੇ ਸਰਵਣ ਸਰੋਤ ਦੇ ਦਰਵਾਜ਼ੇ ਅੰਦਰ ਇਹੋ ਦੋ ਤੁਕਾਂ ਸਪਸ਼ਟ ਆ ਪਈਆਂ। ਜਥਾ ਦੁਤੁਕੀ ਬੇਮੁਹਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰਬਾਹ ਕਹੋ ਗੁਰਬਾਹ ਦੀ ਐਸੀ ਜ਼ਬਰਦਸਤ ਚੁੰਬਕ ਕਲਾ ਵਾਲੀ ਸੱਟ ਪਈ ਕਿ ਤੁਰੰਤ ਵਾਹਿਗੁਰੂ ਵਾਹਿਗੁਰੂ ਦੀ ਚਰਨਾਹਟ ਦਾ ਰਾਗ ਮੇਰੇ ਰਗ ਰੇਸ਼ੇ 'ਤੇ ਲੂੰ ਲੂੰ ਅੰਦਰ ਛਿੜ ਗਿਆ। ਮਾਨੋ ਕੋਈ ਅਗੰਮ ਦੀ ਅਨਾਹਦ ਚਾਬੀ ਮੇਰੇ ਘੱਟ ਰੂਪੀ ਘੜੀ ਨੂੰ ਲੱਗ ਗਈ।
ਮੇਰੇ ਰੋਮ ਰੋਮ ਨੂੰ ਜੀਭਾਂ ਲੱਗ ਗਈਆਂ, ਜਿਨ੍ਹਾਂ ਵਿੱਚੋਂ ਉਹ ਚੌਖਰਾ ਜਾਫ ਛਿੜ ਪਿਆ। ਸੱਟ ਪੈਂਦੇ ਸਾਰ ਮੈਂ ਉੱਭੜ ਕੇ ਮਹਾਰਾਜ ਦੀ ਚਰਨ ਸ਼ਰਨ ਡੰਡੌਤ ਵਿੱਚ ਜਾ ਪਿਆ। ਪਰ ਮੈਨੂੰ ਇਹ ਪਤਾ ਨਹੀਂ ਕਿ ਕਿਹੜੀ ਤਾਕਤ, ਕਿਹੜੀ ਅਮਰ ਕਲਾ ਨੇ ਮੈਨੂੰ ਗੁਰਦੁਆਰੇ ਦੀ ਦੇਹਲੀ ਤੋਂ ਉਬੜਾ ਕੇ ਅਤੇ ਉਛਾਲਾ ਦੇ ਕੇ ਇੱਕ ਖਣ ਛਣ ਮਾਤਰ ਅੱਖ ਦੇ ਫੋਰ ਵਿੱਚ ਗੁਰੂ ਸਾਹਿਬ ਦੇ ਨਿਕਟ ਸਨਮੁਖੀ ਹਜ਼ੂਰੀ ਸ਼ਰਨਾਗਤ ਵਿੱਚ ਧੜੰਮ ਜਾ ਸੁੱਟਿਆ। ਪਾਠ ਹੋਣਾ ਉਦੋਂ ਬੰਦ ਹੋ ਚੁੱਕਾ ਸੀ। ਮੈਂ ਡੰਡੌਤ ਵਿੱਚੋਂ ਉੱਠ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਫਤਿਹ ਬੁਲਾਈ ਤਾਂ ਕੀ ਦੇਖਾਂ, ਮਹਾਰਾਜ ਜੀ ਉੱਤੇ ਚਵਰ ਹੋ ਰਿਹਾ ਹੈ, ਪਰਤਾਬੇ ਕੋਈ ਨਹੀਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਵਾਰ ਚੰਦੋਆ ਸਾਹਿਬ ਅਤੇ ਸ਼੍ਰੀ ਗੁਰੂ ਸਾਹਿਬ ਦੇ ਵਿਚਕਾਰ ਅਦੁੱਤੀ ਚਮਤਕਾਰਕ ਅਤੇ ਝਿਲਮਿਲਕਾਰ ਸ਼ਵੰਨੀ ਚੱਕਰਤ ਚਿੱਤਰਕਾਰੀ ਵਿੱਚ ਵਾਹਿਗੁਰੂ ਸ਼ਬਦ ਚਿੱਤਰਿਆ ਝਿਲ ਝਿਲ ਮਿਲ ਝਿਲ ਮਿਲ ਕਰੇ, ਜੋ ਆਸਰੇ ਵਿਹੂਣ ਹਵਾ ਵਿੱਚ ਮੁਅੱਲਕ ਟਿਕਿਆ ਲਹਿਰੇ ਮਾਰੇ, ਗੁਰਦੁਆਰੇ ਦੇ ਹਵਾਈ ਪਲਾੜ ਵਿੱਚ ਚਾਰ ਚੁਫੇਰੇ ਇਹੀ ਕੌਤਕ ਵਰਤ ਰਿਹਾ ਸਾਂਗੋ ਪਾਂਗ ਦਿਸੇ। ਮੈਂ ਸਿਦਕ ਵਿੱਚ ਪੰਘਰ ਕੇ ਸਿਦਕ ਦਾ ਰੂਪ ਹੋ ਗਿਆ। ਗੁਰੂ ਸਾਹਿਬ ਤੇ ਮੇਰੇ ਬਿਨਾਂ ਗੁਰਦੁਆਰੇ ਵਿੱਚ ਕੋਈ ਨਾ ਪਰ ਚੌਰ ਹੋਈ ਜਾਵੇ, ਨਾ ਚੌਰ ਕਰਨ ਵਾਲਾ ਹੱਥ ਦਿਸੇ ਅਤੇ ਨਾ ਕੋਈ ਚੌਰ ਕਰਨ ਵਾਲਾ ਨਜ਼ਰ ਆਵੇ। ਮੈਂ ਵਿਸਮਾਦ ਪਰ ਸਿਦਕ ਵਿੱਚ ਵਿਸਮਾਦ ਹੋ ਗਿਆ ਅਤੇ ਧੰਨ ਗੁਰੂ ਦੀ ਸੰਕੇਤਕ ਮਹਿਮਾ ਵਾਲੇ ਵਾਹਿਗੁਰੂ ਨਾਮ ਦੀ ਚੁਨਕਾਰ ਹੋਰ ਵੀ ਬਿਸਮ ਰੰਗਾਂ ਵਿੱਚ ਅਰੂੜ ਹੋ ਤੁਰੀ। ਧੌਣ ਨੀਵੀਂ ਸੁੱਟ ਲਈ ਅਤੇ ਮੇਰੇ ਹੱਥ ਜੁੜ ਗਏ, ਗਲ ਵਿੱਚ ਪੱਲੂ ਪਿਆ ਹੋਇਆ ਸੀ। ਮੈਂ ਬੜੇ ਅਦਬ ਭੈ ਭਾਵਨੀ ਨਾਲ ਮਹਾਰਾਜ ਦੀ ਪਰਿਕਰਮਾ ਕਰਨ ਲੱਗ ਗਿਆ। ਮੈਂ ਪਰਿਕਰਮਾ ਕਰ ਹੀ ਰਿਹਾ ਸੀ ਕਿ ਇਤਨੇ ਨੂੰ ਗ੍ਰੰਥੀ ਸਿੰਘ ਅੰਦਰ ਵਾਰ ਅਤੇ ਪਰਲੇ ਪਾਸਿਓਂ ਨਿਕਲ ਆਇਆ। ਉਸ ਨੂੰ ਦੇਖ ਮੈਂ ਠਠੰਬਰ ਕੇ ਪੂਰੇ ਦੀ ਬੁੱਕਲ ਮਾਰ ਮਹਾਰਾਜ ਦੇ ਸਨਮੁੱਖ ਹੋ ਕੇ ਬੈਠ ਗਿਆ। ਗ੍ਰੰਥੀ ਭਾਈ ਨੇ ਆਉਂਦੇ ਹੀ ਪੁੱਛਿਆ ਕਿ ਪ੍ਰਕਾਸ਼ ਕਿਸਨੇ ਕੀਤਾ ਹੈ, ਕੀ ਤੁਸੀਂ ਕੀਤਾ ਹੈ? ਮੈਂ ਉੱਪਰ ਨੂੰ ਸਿਰ ਚੁੱਕ ਕੇ ਉਸ ਵੱਲ ਦੇਖਿਆ ਪਰ ਮੈਥੋਂ ਉੱਤਰ ਕੁਝ ਨਾ ਦਿੱਤਾ ਗਿਆ। ਪਰ ਹੁਣ ਮਹਾਰਾਜ ਜੀ ਉੱਤੇ ਚੌਰ ਹੁੰਦਾ ਨਾ ਦਿਸੇ ਅਤੇ ਉਹ ਅਲੌਕਿਕ ਗੁਰਮੰਤਰ ਚਿੱਤਰਕਾਰੀ ਵੀ ਗੁੰਮ। ਇਤਨੇ ਨੂੰ ਗ੍ਰੰਥੀ ਸਿੰਘ ਦਾ ਛੋਟਾ ਭਾਈ ਵੀ ਆ ਗਿਆ ਜੋ ਬਹੁਤ ਗੁਰਮੁਖ ਸੀ। ਉਸ ਨੂੰ ਵੀ ਗ੍ਰੰਥੀ ਨੇ ਉਹ ਪੁੱਛ ਗਿੱਛ ਕੀਤੀ ਪਰ ਉਸਨੇ ਵੀ ਕੰਨਾਂ 'ਤੇ ਹੱਥ ਰੱਖਿਆ, ਉਹ ਫਿਰ ਚੁੱਪ ਹੋ ਗਈ। ਮੈਨੂੰ ਪਤਾ ਨਹੀਂ ਕਿ ਉਹਨਾਂ ਕੀ ਸਮਝਿਆ ਵਿਚਾਰਿਆ ਅਤੇ ਕਿਵੇਂ ਖਿਆਲ ਕੀਤਾ ਹੋਊ। ਫਿਰ ਗ੍ਰੰਥੀ ਜਦੋਂ ਤਾਬੇ ਬੈਠ ਕੇ ਆਵਾਜ਼ਾਂ ਲੈਣ ਨੂੰ ਰੁਮਾਲ ਚੁੱਕਣ ਲੱਗਾ ਜੋ ਗੁਰੂ ਸਾਹਿਬ ਉੱਪਰ ਦਿੱਤਾ ਹੋਇਆ ਸੀ ਤਾਂ ਮੈਂ ਛੜੱਪ ਦੇ ਕੇ ਤਾਬੇ ਵੱਲ ਨੂੰ ਆ ਖੜ੍ਹਾ ਹੋਇਆ। ਉੱਧਰ ਗ੍ਰੰਥੀ ਨੇ ਆਵਾਜ਼ਾਂ ਆਰੰਭ ਕੀਤਾ। ਆਵਾਜ਼ੇ ਦਾ ਜੋ ਵਾਕ ਸੀ ਉਹ ਦਰਸ਼ਨ ਕਰਨ ਤੋਂ ਇੰਨ ਬਿੰਨ ਉਹੀ ਨਿਕਲਿਆ ਜੋ ਮੈਂ ਸੁਣਿਆ ਸੀ, ਜਾਂ ਮੇਰਾ ਸੁਣਿਆ ਪੇਖਿਆ ਇੱਕ ਹੋ ਗਿਆ ਤਾਂ ਮੈਂ ਹੋਰ ਵੀ ਹੱਕਾ ਬੱਕਾ ਰਹਿ ਗਿਆ। ਮੈਂ ਮੁੱਦੇ ਮੂੰਹ ਮਹਾਰਾਜ ਜੀ ਦੇ ਅਗਰ ਭਾਗ ਜਾ ਪਿਆ। ਗ੍ਰੰਥੀ ਤਾਂ ਵਾਕ ਲੈ ਕੇ ਬਾਹਰ ਚਲਿਆ ਗਿਆ। ਉਸ ਦਾ ਪ੍ਰੇਮੀ ਭਾਈ ਬੜੇ ਪਿਆਰ ਸਤਿਕਾਰ ਨਾਲ ਸਹਿਮ ਕੇ ਮੇਰੇ ਕੋਲ ਆ ਬੈਠਾ ਅਤੇ ਮੈਨੂੰ ਆਖਣ ਲੱਗਾ, ਇਉਂ ਕਿਉਂ ਪਏ ਖੋ? ਮੈਂ ਆਖਿਆ, ਜੀ ਅਰਦਾਸ ਸੁੱਧ ਕੇ ਚੁੱਭਾ ਮਾਰ ਕੇ ਮੇਰੀ ਨਿਮਿਤ ਵਾਕ ਲੈ ਦਿਓ। ਉਸਨੇ ਕਿਹਾ, ਅਰਦਾਸਾਂ ਮੈਂ ਕਰ ਦਿੰਦਾ ਹਾਂ, ਵਾਕ ਤੁਸੀਂ ਲਵੋ। ਮੈਂ ਆਖਿਆ, ਚੁੱਭਾ ਨਹੀਂ ਬੈਠਣਾ, ਤੁਸੀਂ ਬੈਠੇ ਰਹੋ। ਉਸ ਪ੍ਰੇਮੀ ਨੇ ਮੰਨਣ ਵਿੱਚ ਹੁੱਤ ਨਹੀਂ ਕੀਤੀ।
ਬੜੇ ਪ੍ਰੇਮ ਨਾਲ ਅਰਦਾਸਾ ਸੋਧਿਆ, ਬੜੀ ਸਿਦਕ ਭਾਵਨੀ ਨਾਲ ਅੰਤਰ ਧਿਆਨ ਹੋ ਕੇ ਚੁੱਭਾ ਮਾਰਿਆ। ਜਾਂ ਮੈਂ ਬਾਕ ਲਿਆ ਤਾਂ ਐਨ ਪ੍ਰਥਮ ਪੰਨੇ ਦੀ ਪਹਿਲੀ ਸਤਰ ਦਾ ਆਰੰਭ ਇਹ ਸੀ, ਜਿਸ 'ਤੇ ਦ੍ਰਿਸ਼ਟੀ ਚੁੰਬਕ ਫੁਰਤੀ ਨਾਲ ਜਟਕੀ। ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਈ। ਬੜਭਾਗੀਆਂ ਵਾਹ ਵਾਹ ਮੂੰਹੋਂ ਕਢਾਈ, ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕਉ ਪਰਜਾ ਪੂਜਣਾਈ। ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੈ ਸੋਭਾ ਪਾਈ। ਪੜ੍ਹਨ ਸਾਰ ਹੀ ਮੇਰੀ ਰਸਨਾ 'ਤੇ ਮੋਹਰ ਲੱਗ ਗਈ। ਪੂਰੇ ਸ਼ਬਦ ਦੀ ਅਤੇ ਇਸ ਪੂਰੇ ਸ਼ਬਦ ਕਰਕੇ ਪ੍ਰਭ ਮਿਲਿਆ ਆਈ ਦੀ ਸਫਲ ਵਿਵਸਥਾ ਸ਼ੀਘਰ ਹੀ ਵਾਪਰ ਜਾਣ ਦਾ ਰਾਈ ਸੰਸਾ ਸੰਦੇਹ ਨਾ ਰਿਹਾ, ਅਤੇ ਇਸ ਗੱਲ ਦੀ ਦ੍ਰਿੜਤਾ ਮੇਰੇ ਰੋਮ ਰੋਮ ਅੰਦਰ ਅੰਕਰਿਤ ਹੋ ਗਈ ਕਿ ਸੱਚਮੁੱਚ ਸਤਿਗੁਰੂ ਗੁਰਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰਮੰਤਰ ਰੂਪੀ ਸੱਚੇ ਰਤਨ ਹੀਰੇ ਨੂੰ ਕੱਢ ਕੇ ਤਲੀ 'ਤੇ ਰੱਖ ਦਿੱਤਾ ਹੈ। ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਕਲੀ ਤਲੀ ਦਿਖਲਾਇਆ। ਧਾਈ ਕਰਕੇ ਇਸ ਤੋਂ ਪ੍ਰਥਮ ਸਲੋਕ ਪੱਤਰਾ ਪਰਤ ਕੇ ਪੜ੍ਹਿਆ ਤਾਂ ਹੋਰ ਪਤਾ ਲੱਗਾ ਕਿ ਵਾਹ ਵਾਹ ਆਪ ਅਖਾਇੰਦਾ ਹੈ ਅਤੇ ਅਖਾਇੰਦਾ ਗੁਰ ਸ਼ਬਦੀ ਹੈ। ਨਾਲ ਇਹ ਪਤਾ ਲੱਗਾ ਕਿ ਵਾਹ ਵਾਹ ਸਿਫਤ ਸਲਾਹ ਹੈ, ਜੋ ਜਪਜੀ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਹੁੰਦੇ ਸੀ ਸਲਾਹੀ ਸਲਾਹ, ਉਹ ਇਹੋ ਸਿਫਤ ਸਲਾਹ ਹੈ। ਅਤੇ ਨਾਲ ਇਸ ਸਲੋਕ ਵਿੱਚੋਂ ਇਹ ਪਤਾ ਲੱਗਾ ਕਿ ਵਾਹ ਇਸ ਪੂਰੇ ਸ਼ਬਦ ਰੂਪੀ ਨਾਮ ਗੁਰਮੰਤਰ ਵਾਹਿਗੁਰੂ ਦੇ ਜਾਪਮਈ ਸਿਫਤ ਸਲਾਹ ਕਰਦੇ ਹੋਇਆਂ ਹੀ ਸੱਚ ਮਿਲਾਵਾ ਹੁੰਦਾ ਹੈ ਅਤੇ ਪ੍ਰਭ ਪਾਇਆ ਜਾਂਦਾ ਹੈ। ਮੈਨੂੰ ਇਸ ਵਾਰੀ ਪੌੜੀ ਦੇ ਭੋਗ ਪਾਉਣ ਸਾਰ ਹੀ ਅੰਦਰਗਤੀ ਇਹ ਪ੍ਰੇਰਨਾ ਹੋਈ ਕਿ ਅਗਾੜੀ ਦੀਆਂ ਪੌੜੀਆਂ ਵੀ ਸਲੋਕਾਂ ਸਹਿਤ ਪੜ੍ਹਾਂ। ਪ੍ਰੇਰਨਾ ਹੁੰਦੇ ਸਾਰ ਮੈਂ ਅਗਲਾ ਸਲੋਕ ਪੜ੍ਹਨ ਲੱਗ ਪਿਆ ਤਾਂ ਮੈਨੂੰ ਨਾਮ ਦੀ ਸਿਫਤ ਸਲਾਹ ਮਹਿਮਾ ਹੋਰ ਤੋਂ ਹੋਰ ਬੁੱਧੀ ਇੱਕ ਪ੍ਰਗਟਿੰਦੀ ਜਾਏ। ਇੱਥੋਂ ਤਾਈ ਕਿ ਸਦਾ ਆਨੰਦ ਹੋਵਣ, ਹਰ ਸਿਉਂ ਲਿਵ ਲਾਉਣ ਅਤੇ ਸੱਤ ਰਜਾ ਵਿੱਚ ਸਮਾਉਣ ਦਾ ਇਹੀ ਕੇਵਲ ਇਹੀ ਵਸੀਲਾ ਹੈ। ਅਗਲੇਰੇ ਸਲੋਕ ਤੋਂ ਸਪਸ਼ਟ ਹੋਇਆ ਕਿ ਵਾਹ ਵਾਹ ਪੂਰਾ ਸ਼ਬਦ ਅਰਥਾਤ ਸਿਫਤ ਸਲਾਹ ਰੂਪੀ ਬਾਣੀ ਸੱਚ ਅਸਲ ਸੱਚ ਹੈ, ਜੋ ਕੇਵਲ ਗੁਰਮੁਖ ਲੱਧੀ ਭਾਲ। ਫਿਰ ਇਹ ਕਿ ਇਸ ਸਿਫਤ ਸਲਾਹ ਨੂੰ ਸ਼ਬਦੇ ਬੈਖਰੀ ਬਾਣੀ ਦੁਆਰਾ ਵੀ ਉਚਰੇ, ਹਿਰਦੇ ਨਾਲ ਪਰਾ ਪਸੰਤੀ ਮਧਰਾ ਵਿਵਸਥਾ ਵਿੱਚ ਪਿਤਾ ਵੀ ਆਦਾ ਆਰਾਧਨ ਕਰੇ ਅਤੇ ਹਿਰਦੇ ਸਮਾਲ ਨਾਭੀ ਵਿੱਚ ਉਤਾਰ ਵੀ ਰੱਖੇ, ਹਰ ਤਰ੍ਹਾਂ ਬੇੜਾ ਪਾਰ ਹੈ। ਫਿਰ ਇਸ ਤੋਂ ਅਗਲੇਰੀ 16ਵੀਂ ਪੌੜੀ ਦੇ ਪ੍ਰਥਮ ਸਲੋਕ ਵਿੱਚ ਵਾਹਿਗੁਰੂ ਨਾਮ ਦੀ ਮਹੱਤਤਾ ਅਤੇ ਸਰੂਪ ਵਰਣਨ ਕਰਕੇ ਵਾਹਿਗੁਰੂ ਨਾਮ ਦੀ ਸਿਫਤ ਸਲਾਹ ਪੱਕੀ ਕਰਕੇ ਦ੍ਰਿੜਾ ਦਿੱਤੀ ਅਤੇ ਨਾਨਕ ਵਾਹ ਵਾਹ ਇੱਕੋ ਕਰ ਸਲਾਹੀ ਹੈ ਜੇ ਸਤਿਗੁਰ ਦੀਆ ਦਿਖਾਏ ਦਾ ਠੱਪਾ ਲਾ ਦਿੱਤਾ ਕਿ ਕੇਵਲ ਇਸੇ ਇੱਕੇ ਨਾਮ 'ਤੇ ਕਾਇਮ ਦਾ ਮਰਣਾ ਹੈ, ਜੋ ਹੁਣ ਹੀ ਸਤਿਗੁਰੂ ਸਾਹਿਬ ਨੇ ਬੁਝਾਏ ਦੀਆ ਹੈ। ਦੂਜੇ ਸਲੋਕ ਵਿੱਚ ਇਸ ਗੁਰਮਤ ਨਾਮ ਜਪਣ ਹਾਰਿਆਂ ਦਾ ਪ੍ਰਤਾਪ ਵਰਣਨ ਕੀਤਾ ਹੈ। ਇੱਥੋਂ ਤਾਈ ਕਿ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿਭਵਨ ਸੋਝੀ ਪਾਏ ਵਾਲੀ ਉੱਚ ਪ੍ਰਤਾਪੀ ਵਿਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਅਗਾਂਹ ਦੀ ਪੌੜੀ ਦਾ ਸਲੋਕ ਪੜ੍ਹਿਆ ਤਾਂ ਇਸ ਗੱਲ ਦਾ ਨਿਤਾਰਾ ਹੋਇਆ ਕਿ ਇਸ ਨਾਮ ਨੂੰ ਕੇਵਲ ਉਹੀ ਬੜਭਾਗੇ ਜਨ ਸਦਾ ਲਈ ਜਪਦੇ ਰਹਿੰਦੇ ਹਨ ਜਿਨ ਕੋ ਆਪੇ ਦੇ ਬੁਝਾਏ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ, ਅਤੇ ਨਾਮ ਜਪਣ ਨਾਲ ਹੀ ਮਨ ਦੀ ਹਉਮੈ ਮਲ ਦੂਰ ਹੁੰਦੀ ਹੈ। ਗੱਲ ਕੀ, ਨਾਮ ਦੀ ਪਾਰਸ ਕਲਾ, ਨਾਮ ਜਪਣ ਹਾਰਿਆਂ ਦੀ ਸੋਭਾ ਸੁੰਦਰਤਾ,
ਨਾਮ ਦੀ ਸਰਵ ਫਲ ਪ੍ਰਦਾਇਕ ਸਮਰੱਥਾ, ਨਾਮ ਜਪਣਹਾਰਿਆਂ ਦੀ ਸੰਗਤ ਤੇ ਮਿਲਾਪ ਦੀ ਖਿਨ ਖਿਨ ਲੋੜ, ਹਿਰਦੇ ਕਰਕੇ ਤੇ ਮੁੱਖ ਕਰਕੇ ਵੀ ਨਾਮ ਨੂੰ ਸਵਾਸ ਸਵਾਸ ਜਪਦੇ ਰਹਿਣ ਦੀ ਤੱਦੀ ਤਾਕੀਦ ਅਤੇ ਨਾਮ ਆਰਾਧਨ ਕਰਨ ਹਾਰਿਆਂ ਵਿੱਟੋਂ ਤਨ ਮਨ ਨਿਸ਼ਾਵਰ ਕਰਨ ਦੀ ਆਕਾਂਖਿਆ ਆਗਿਆ, ਇਹ ਸਭ ਪਰਮਾਰਥੀ ਅਰਥ ਇਸ ਸਲੋਕ ਦੇ ਭਾਵ ਵਿੱਚ ਸੰਚਿਤ ਹੋਏ ਦੇਖੇ। 17ਵੀਂ ਪੌੜੀ ਦੇ ਦੂਜੇ ਸਲੋਕ ਵਿੱਚ ਨਾਮ ਦੀ ਅਭੇਦਤਾ, ਨਾਮ ਦੀ ਅੰਮ੍ਰਿਤ ਕਲਾ, ਨਾਮ ਦੇ ਸੇਵਨ ਹਾਰਿਆਂ ਨੂੰ ਨਾਮ ਰੂਪੀ ਫਲ ਦੀ ਪ੍ਰਾਪਤੀ, ਨਾਮ ਅਭਿਆਸ ਦੁਆਰਾ ਨਾਮੀ ਦੀ ਸਰਵ ਵਿਆਪਕਤਾ ਦੀ ਲਖਤਾ, ਵਾਹੋ ਵਾਹਿਗੁਰੂ ਨਿਤ ਕਰਨ ਹਾਰੇ ਗੁਰਸਿੱਖਾਂ ਦਾ ਵਾਹ ਕਰਨਾ, ਗੁਰੂ ਪੂਰੇ ਨੂੰ ਪਾਉਣਾ ਤੇ ਇੱਕ ਮਨ ਇੱਕ ਚਿੱਤ ਹੋ ਕੇ ਵਾਹ ਵਾਹੋ ਕਰਨ ਕਰਕੇ ਜਮ ਕੰਕਰ ਦਾ ਨਿਕਟਣਾ ਆਉਣਾ ਅਤੇ ਮਨ ਚਿੰਦੇ ਫਲ ਪਾਉਣਾ, ਇਹ ਸਰਵ ਗੱਲਾਂ ਵਰਣਨ ਹਨ। 18ਵੀਂ ਪੌੜੀ ਦੇ ਪਹਿਲੇ ਸਲੋਕ ਦਾ ਵਾਕ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਈ, ਜਦੋਂ ਪਾਠ ਵਿੱਚ ਆਇਆ ਤਾਂ ਸਪਸ਼ਟ ਨਿੱਤਰਵਾਂ ਫੈਸਲਾ ਹੋਇਆ ਕਿ ਗੁਰਮਤ ਅੰਮ੍ਰਿਤ ਨਾਮ ਬਸ ਕੇਵਲ ਇਹੋ ਹੀ ਹੈ। ਸਭ ਤੋਂ ਪਿਛਲੀ ਤੁਕ ਵਿੱਚ ਅੰਦਨ ਨਾਮ ਲਏ ਵਾਲੀ ਪੰਗਤੀ ਨੇ ਮੈਨੂੰ ਪਹਾੜ ਵਾਂਗੂ ਅਚਲ ਖੜਾ ਕਰ ਦਿੱਤਾ। ਹੁਣੇ ਤੋਂ ਹੀ ਅੱਠੇ ਪਹਿਰ ਨਾਮ ਵਿੱਚ ਜੁਟੇ ਰਹਿਣਾ ਹੈ, ਭਾਵੇਂ ਤਨ ਮਨ ਜਾਏ ਤਾਂ ਜਾਓ, ਬਸ ਹੁਣ ਬਸ ਜੀ, ਫੈਸਲਾ ਗਹਿ ਗੱਡਵਾਂ ਹੋ ਗਿਆ। ਨਾਮ ਦੀ ਪ੍ਰਾਪਤੀ ਤਾਂ ਹੋ ਗਈ, ਨਾਮੀ ਦੀ ਪ੍ਰਾਪਤੀ ਜ਼ਿਆਦਾਤਰ ਨਹੀਂ ਹੋ ਜਾਵੇ, ਤਰਤੀਕ ਇੱਕ ਤਾਰ ਨਾਮ ਵਿਖੇ ਦਿਨ ਰਹਿਣ ਜੁਟੇ ਰਹਿਣਾ ਹੈ ਅਤੇ ਐਸਾ ਜੁਟਣਾ ਹੈ ਕਿ ਖਾਣ ਪਾਣ ਸੈਨ ਚੈਨ ਸਭ ਤਿਆਗ ਦੇਣੇ ਹਨ। ਮੇਰਾ ਹੌਸਲਾ ਹੁਣ ਸਿਖਰਲੀ ਟੀਸੀ ਦਾ ਸੀ, ਹਿੰਮਤ ਸਾਹਸ ਉੱਦਮ ਮੇਰੇ ਦੁਆਲੇ ਦਿਵ ਦੈਵ ਰੂਪ ਧਾਰਨ ਕਰਕੇ ਆਣ ਹਾਜ਼ਰ ਹੋਏ। ਮੈਂ ਹੱਲਾਸ਼ੇਰੀ ਨਾਲ ਮਹਾਰਾਜ ਨੂੰ ਮੱਥਾ ਟੇਕ ਕੇ ਜਦੋਂ ਗੁਰਦੁਆਰਿਓਂ ਵਿਦਾ ਹੋਣ ਦੀ ਆਗਿਆ ਮੰਗਣ ਲੱਗਾ ਤਾਂ ਮੈਨੂੰ ਤੁਰਨ ਲੱਗੇ ਨੂੰ ਇਹ ਗੁਰ ਅਸੀਸ ਮਿਲੀ, ਉੱਦਮ ਕਰੇਂਦਿਆਂ ਜੀਓ, ਤੂੰ ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮੈਂ ਇਸ ਅਸੀਸ ਦੇ ਮਿਲਣਸਾਰ ਧੰਨਾ ਹੋ ਗਿਆ, ਵਡਭਾਗਾ ਹੋ ਗਿਆ, ਆਪਣੇ ਆਪ ਨੂੰ ਪ੍ਰਤੀਤ ਹੋਵਾਂ। ਇਸ ਅਸੀਸਮਈ ਗੁਰਵਾਕ ਤੇ ਪਹਿਲੇ ਗੁਰਵਾਕਾਂ ਦੇ ਅਨੁਭਵੀ ਅਰਥਾਂ ਤੇ ਭਾਵਾਂ ਦਾ ਐਸਾ ਗਹਿ ਗੱਡ ਸਿੱਕਾ ਮੇਰੇ ਨਿਰੰਤਰ ਬੈਠ ਗਿਆ ਕਿ ਮੇਰਾ ਡਗਮਗ ਡੋਲਣਾ ਸਦੀਵ ਲਈ ਉਡੰਤ ਹੋ ਗਿਆ। ਉਸ ਸਮੇਂ ਜੋ ਉਕਤ ਵਾਕਾਂ ਦੀ ਅਨੁਭਵੀ ਵਿਆਖਿਆ ਮੈਨੂੰ ਸਫੁਰ ਹੋਈ, ਉਸ ਨੂੰ ਮੇਰੀ ਪੁਰਖੋਂ ਨਹੀਂ ਕਿ ਅੱਖਰਾਂ ਵਿੱਚ ਲਿਖ ਕੇ ਵਰਣਨ ਕਰ ਸਕਾਂ। ਮੇਰੇ ਹਿਰਦੇ 'ਤੇ ਉੱਕਰੀ ਪਈ, ਪਰ ਮੇਰਾ ਚਾਓ ਹੁਲਾਸ ਕਿ ਮੈਂ ਨਾਮ ਨਾਲ ਨਵਾਜਿਆ ਗਿਆ ਹਾਂ, ਕਿ ਦਾਤ ਇਲਾਹੀ ਮੈਥੀ ਪਾਈ ਗਈ ਹੈ, ਮੈਨੂੰ ਟਿਕਣ ਨਾ ਦੇਵੇ ਕਿ ਕਦੋਂ ਇਕਾਂਤ ਸਹਿਜ ਅਸਥਾਨ ਵਿਖੇ ਬੈਠ ਕੇ ਨਾਮ ਦੇ ਅਖੰਡ ਜਪ ਵਿੱਚ ਜੰਮ ਕੇ ਜੁੱਟ ਜਾਵਾਂ ਅਤੇ ਫਿਰ ਅੱਖਾਂ ਨਾ ਉਘੇੜਾਂ। ਪਰ ਅੰਦਰ ਨਿਰਯਤਨ ਹੀ ਟਕ ਟਕ ਖੰਡਾ ਖੜਕ ਰਿਹਾ ਸੀ, ਉੱਠਦੇ ਬੈਠਦੇ ਜਿੱਧਰ ਜਾਵਾਂ ਫਿਰਾਂ ਤੁਰਾਂ ਟਕ ਟਕ ਦੀ ਤਾਨ ਉਵੇਂ ਹੀ ਵੱਜ ਰਹੀ ਸੀ। ਵਾਹ ਚਾਬੀ ਲਾਉਣ ਹਾਰਿਆ ਦਾਤਿਆ, ਖੂਬ ਚਾਬੀਆਂ ਲਾਈਆਂ ਪਰ ਮੇਰੀਆਂ ਅਜੇ ਭੁੱਖਾਂ ਨਹੀਂ ਗਵਾਈਆਂ, ਹੁਣ ਆਪੇ ਸ਼ਹਿਵਰ ਲਾ ਦੇਵੀ, ਮੈਨੂੰ ਕੀ ਚਿੰਤਾ। ਮੈਂ ਨਿਚਿੰਤ ਪਰ ਚਰਨ ਪਿਆਸੀ ਦਰਸ ਬੈਰਾਗਨ ਪੇਖੋਂ ਥਾਨ ਸਵਾਏ, ਖੋਹ ਪੈ ਰਹੀ ਸੀ ਅਤੇ ਅਣਡਿੱਠੇ ਆਤਮ ਰਹੱਸ ਦੀ ਤੋੜ ਸੀ। ਮੈਂ ਐਵੇਂ ਉੱਪਰਲੇ ਦਿਲੋਂ ਦੜੇ ਦਫ਼ਤਰ ਜਾ ਕੇ ਬੱਧਾ ਚੱਟੀ ਭਰ ਆਇਆ, ਕਾਲਜਾ ਅਨ ਜਲ ਵੱਲੋਂ ਪ੍ਰਥਮ ਦਿਵਸ ਹੀ ਖਾਲੀ ਸੀ, ਮੈਨੂੰ ਦਿਸ਼ਾ ਆਦਿਕ ਫਿਰਨ ਦੀ ਦੁਬਧਾ ਕੋਈ ਨਹੀਂ ਹੈ ਸੀ ਅਤੇ
ਅਗਾਂਹ ਨੂੰ ਭੋਜਨ ਆਦਿਕ ਨਾਲ ਢਿੱਡ ਭਰਨ ਦੀ ਰੁਚੀ ਹੀ ਨਹੀਂ ਸੀ, ਸਗੋਂ ਕੜਾਕੇ ਰਹਿ ਕੇ ਖੰਡਾ ਖੂਬ ਖੜਕੇ ਅਤੇ ਕੋਈ ਅਟਕਾ ਝਟਕਾ ਨਾ ਪਵੇ। ਅੱਜ ਵੀ ਮੈਂ ਬੁੰਗੇ ਪਰ ਆਉਣ ਸਾਰ ਬਿਨਾਂ ਹੀ ਖਾਣ ਪੀਤਿਆਂ ਬਿਨਾਂ ਹੀ ਖਾਣ ਪਾਨ ਕੀਤੇ ਆਪਣੀ ਗੁਫਾ ਵਿੱਚ ਜਾ ਵੜਿਆ, ਪਰ ਮੇਰੇ ਮਗਰ ਹੀ ਭਾਈ ਰੂੜ ਸਿੰਘ ਗੱਫੇ ਛਕਾਉਣ ਨੂੰ ਬਿਰ ਬਿਰ ਕਰਦੇ ਫਿਰਨ, ਮੈਥੋਂ ਉਹਨਾਂ ਦੀ ਨਿਰਾਸਥਾ ਵਾਲੀ ਨਿੰਮੋ ਝਾਣੀ ਝੀਣੀ ਬਾਣ ਝੱਲੀ ਨਾ ਜਾਵੇ। ਮੈਂ ਬਾਹਰ ਵਾਰ ਨੂੰ ਫਿਰ ਉੱਠ ਤੁਰਿਆ, ਉਹਨਾਂ ਨੂੰ ਹੌਲੀ ਦੇ ਕੇ ਆਖ ਦਿੱਤਾ ਕਿ ਮੈਨੂੰ ਅਜੇ ਵੀ ਪ੍ਰਸ਼ਾਦੇ ਦੀ ਰੁਚੀ ਨਹੀਂ, ਤੂੰ ਗੱਫਾ ਲਾ ਲੈ, ਮੈਂ ਬਾਹਰ ਫਿਰਨ ਤੁਰਨ ਚਿੱਤ ਪਰਚਾਉਣ ਚੱਲਿਆ ਹਾਂ, ਤੂੰ ਮੇਰੇ ਪਿੱਛੇ ਨਾ ਆਈ। ਮੈਂ ਇਤਨਾ ਆਖ ਕੇ ਜਿਉਂ ਨਿਕਲਿਆ ਇੱਕ ਹਰਿਆਵਲੀ ਪਹਾੜੀ ਦੀ ਕੰਧਰਾਂ 'ਤੇ ਕੁਦਰਤੀ ਨਜ਼ਾਰਿਆਂ ਵਿੱਚ ਜਾ ਰਮਿਆ। ਕੁਦਰਤ ਦੇ ਚਿੱਤ ਚੁਭਵੇਂ ਅਤੇ ਦਿਲ ਖਿੱਚਵੇਂ ਰਮਣੀਕ ਸੁੰਦਰ ਨਜ਼ਾਰਿਆਂ ਨੇ ਕਾਦਰ ਦੀ ਅਮਿਤ ਸੁੰਦਰਤਾ ਦੇ ਅਨੁਮਾਨਿਕ ਲਹਿਰੇ ਅਜਿਹੇ ਚਿੱਤ ਬਿਰਤੀ ਅੰਦਰ ਉਤਪੰਨ ਕੀਤੇ ਕਿ ਨਾਮ ਦਾ ਰਟਨ ਸੰਕਲਪ ਵਿਕਲਪ ਰਹਿਤ ਅਫੁਰ ਦਸ਼ਾ ਵਿੱਚ ਜ਼ੋਰੋ ਜ਼ੋਰ ਜਾਰੀ ਹੋ ਪਿਆ। ਮੈਨੂੰ ਨਾਮ ਜਪਣ ਦਾ ਕੋਈ ਥਾਂ ਪਤਾ ਹੀ ਨਹੀਂ, ਨਾ ਕੋਈ ਨਾਮ ਅਭਿਆਸ ਦੀ ਜੁਗਤੀ ਆਉਂਦੀ ਹੈ ਅਤੇ ਨਾ ਹੀ ਸਵਾਸ ਹੇਠਾਂ ਉਤਾਹਾਂ ਚੜ੍ਹਾਉਣ ਉਤਰਾਉਣ ਦੀ ਮੈਂ ਕਿਤੋਂ ਸੰਥਿਆ ਸਿੱਖੀ ਹੈ। ਮੈਨੂੰ ਕੇਵਲ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਲਿਲ ਲੱਗੀ ਹੋਈ ਹੈ। ਇਹ ਪ੍ਰੇਮ ਭਿੰਨੀ ਲਿਲ ਜਾਂ ਪ੍ਰੇਮ ਪਲੀਤਾ ਹੈ ਜੋ ਮੇਰੀ ਹਿਚਕਦੀ ਹਟਕਦੀ ਅਤੇ ਹਟਕੋਰੇ ਖਾਂਦੀ ਬਿਰਤੀ ਨੂੰ ਚਾਬਕ ਮਾਰ ਮਾਰ ਕੇ ਚੜ੍ਹਦੀ ਕਲਾ ਵੱਲ ਸਿੱਧੇ ਤੋਰੀ ਜਾਣ ਲਈ ਸਹਾਇਕ ਬਣੀ ਹੋਈ ਹੈ। 3 ਵਜੇ ਤੋਂ ਮੈਨੂੰ ਉਸ ਅਸਥਾਨ ਵਿੱਚ ਬੈਠੇ ਹੋਏ ਨੂੰ ਸਾਂਝ ਕਾਲ ਦਾ ਸਮਾਂ ਹੋ ਗਿਆ ਅਤੇ ਹਨੇਰਾ ਹੋਣੀ ਹੀ ਲੱਗਾ ਸੀ ਕਿ ਇਤਨੇ ਨੂੰ ਭਾਈ ਰੂੜ ਸਿੰਘ ਜੀ ਮੇਰੀ ਖੋਜ ਕਰਦੇ ਹੋਏ ਉੱਧਰ ਹੀ ਆ ਨਿਕਲੇ। ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਮੇਰੇ ਅੱਗੇ ਆਣ ਖੜੋਤੇ। ਉਸ ਵੇਲੇ ਉਹਨਾਂ ਦੇ ਮੂੰਹ ਵਿੱਚ ਇਹ ਤੁੱਕ ਸੀ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਮੈਨੂੰ ਇਹ ਤੁੱਕ ਬੜੀ ਮਿੱਠੀ ਪਿਆਰੀ ਗੂੜ ਅੰਤਰੀਵ ਅਰਥਾਂ ਵਾਲੀ ਲੱਗੀ। ਨਾਲੇ ਮੈਨੂੰ ਚੇਤਾ ਆ ਗਿਆ ਕਿ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ ਹੈ ਅਤੇ ਮੈਂ ਅਜੇ ਪਾਠ ਕਰਨ ਹੀ ਨਹੀਂ ਲੱਗਾ। ਮੈਂ ਭਾਈ ਰੂੜ ਸਿੰਘ ਨੂੰ ਫਿਰ ਉੱਥੇ ਹੀ ਆਪਣੇ ਸਾਹਮਣੇ ਬਿਠਾ ਕੇ ਮੁੜ ਤੋਂ ਦੂਜੀ ਵਾਰ ਪਾਠ ਸੁਣਾਉਣ ਲਈ ਆਖਿਆ। ਉਹ ਪਾਠ ਸੁਣਾਉਣ, ਮੈਂ ਨਾਲੇ ਪਾਠ ਸੁਣਾ ਨਾਲੇ ਨਾਮ ਜਪਾਂ। ਜਿਉਂ ਜਿਉਂ ਸੁਣਾ ਤਿਉਂ ਤਿਉਂ ਮੈਨੂੰ ਰਹਿਰਾਸ ਸਾਹਿਬ ਦੇ ਪਾਠ ਦਾ ਆਨੰਦ ਅੱਗੇ ਨਾਲੋਂ ਅਨੋਖਾ ਹੀ ਆਇਆ। ਭੋਗ ਪਏ ਪਿੱਛੋਂ ਮੈਨੂੰ ਭਾਈ ਰੂੜ ਸਿੰਘ ਜੀ ਆਖ ਵੇਖ ਕੇ ਆਪਣੇ ਨਾਲ ਹੀ ਬਸਤੀ ਵੱਲ ਮੋੜ ਲਿਆਏ। ਮੈਂ ਬੁੰਗੇ 'ਤੇ ਛਪਾ ਛਪ ਪਹਿਲ ਹੀ ਜਾ ਚੜ੍ਹਿਆ ਅਤੇ ਝੱਟ ਅੰਦਰ ਵੜ ਕਵਾੜ ਦੇ ਕੇ ਕੁੰਡੇ ਜੜ ਦਿੱਤੇ ਅਤੇ ਆਸਣਪੁਰ ਬੈਠ ਕੇ ਲੱਗਾ ਗੁਰੂ ਗੁਰੂ ਜਪਣ। ਲਗਾਤਾਰ ਇੱਕੇ ਸਾਹ ਲੱਗਾ ਜਾਵਾਂ, ਜਦੋਂ ਸਾਹ ਆਪੇ ਮੁੜੇ ਅਤੇ ਮੁੜ ਪਵੇ। ਮੈਨੂੰ ਮੋੜਨ ਹੋੜਨ ਦੀ ਕੋਈ ਪਰਵਾਹ ਅਤੇ ਸੁਰਤ ਸੰਭਾਲਣਾ ਸੀ, ਕੇਵਲ ਗੁਰੂ ਗੁਰੂ ਕਰਨ ਦੀ ਬਣੀ ਹੋਈ ਸੀ। ਦਸ਼ਾ ਐਸੀ ਬਣ ਆਈ ਕਿ ਆਸ਼ਾ ਮਨਸ਼ਾ ਫੁਰਨੇ ਫਿਕਰ ਆਦਿਕ ਦੀ ਰਿਦੰਤਰ ਰਾਈ ਨਾ ਰਹੀ। ਭਰਮ ਭ੍ਰਾਂਤੀ ਦੀ ਕਾਈ ਮਿੱਟ ਗਈ। ਇੱਕ ਦਰਸ ਪਿਆਸ ਦੀ ਆਸ ਜਥਾ ਗੁਰਵਾਕ, ਇੱਕ ਆਸਾ ਦਰਸ ਪਿਆਸਾ ਆਨ ਨਾ ਪਾਵੇ। ਇਹ ਆਸਾ ਵੀ ਤੀਬਰ ਤੋਂ ਤੀਬਰ ਹੁੰਦੀ ਜਾਂਦੀ ਹੈ ਅਤੇ ਨਾਮ ਦੇ ਜਾਪ ਵੱਲ ਮੈਨੂੰ ਹੋਰ ਵੀ ਹੱਲਾ ਸ਼ੇਰੀ ਕਰਕੇ ਲਿਆਉਂਦੀ ਹੈ। ਮੈਂ ਹੱਲੇ ਕਰ ਕਰ ਪਵਾਂ। ਰਾਤ ਤਕੜੀ ਚਲੀ ਗਈ ਸੀ, ਬਾਹਰ ਕੋਈ ਬਿਰਕਣ ਨਹੀਂ ਸੀ, ਚਤੁਰਾਈ ਸਿਆਣਪ ਮੈਨੂੰ ਕੋਈ ਵਿਆਪਦੀ ਨਹੀਂ ਸੀ। ਮੈਂ ਸਿੱਧਾ ਪੱਧਰਾ ਨਾਮ ਨੂੰ ਦੱਬੀ ਜਾਵਾਂ, ਆਲਸ ਮੇਰੇ ਨੇੜੇ ਨਾ ਆਵੇ, ਸੰਕਲਪ ਸੰਸਾ ਮੈਨੂੰ ਕੋਈ ਸੰਤਾਵੇ ਨਹੀਂ। ਨਾਮ ਜਪਣ ਦੇ ਅਨੇਕਾਂ ਹੀ ਤਰੰਗ ਮੈਨੂੰ ਫੁਰ ਪਏ, ਜਿਹੜਾ ਫੁਰੇ ਉਸੇ ਨੂੰ ਦੱਬ ਤੁਰਾਂ ਅਤੇ ਤੁਰੀ ਜਾਵਾਂ। ਜਦ ਤਾਈਂ ਸਾਹ ਨਾ ਮੁੜੇ, ਸਾਹ ਮੁੜੇ ਤਾਂ ਫਿਰ ਹੋਰ ਤਰੰਗ ਦਾ ਤੋਰਾ ਤੁਰ ਪਵੇ।
ਮੇਰੇ ਲਈ ਇਹ ਅਨਕ ਤਰੰਗਾਂ ਵਾਲੀਆਂ ਨਾਮ ਜਪਣ ਦੀਆਂ ਜੁਗਤੀਆਂ ਅਰਸ਼ਾਂ ਕਰਸ਼ਾਂ ਤੋਂ ਆਣ ਉੱਤਰੀਆਂ, ਅਣਭੋਲ ਹੀ ਵਾਹੋ ਦਾ ਲਗਨ ਵਿੱਚ ਲੱਗਿਆਂ ਤੁਰਿਆ ਜਾਵਾਂ। ਗਿਣਤੀ ਮਿਣਤੀ ਕੁਛ ਨਾ ਵਿਚਾਰਾਂ, ਜੇ ਕਿਤੇ ਅੱਕ ਥੱਕ ਜਾਵਾਂ ਜਾਂ ਮਨ ਅੜੀ ਕਰ ਖੜੋਵੇ ਤਾਂ ਫਿਰ ਮਨ ਨੂੰ ਤੁਹਾਡਾ ਦੇਣ ਲਈ ਹੱਠ ਕਰਕੇ ਮਦ ਲਵਾਂ ਕਿ ਇੰਨੀਆਂ ਪੱਕੀਆਂ ਮਾਲਾ ਫੇਰ ਕੇ ਸਾਹ ਲੈਣਾ ਹੈ, ਕਿਉਂਕਿ ਸਰਬਲੋ ਦੀ ਮਾਲਾ ਹਰ ਵਕਤ ਮੇਰੇ ਹੱਥ ਰਹਿੰਦੀ ਹੀ ਸੀ। ਮੈਨੂੰ ਸਰਬਲੋ ਦੀ ਮਾਲਾ ਨੇ ਬੜੀ ਸਹਾਇਤਾ ਦਿੱਤੀ, ਛਿਨ ਮਾਤਰ ਵੀ ਨਿਸ਼ਾਨੇ ਤੋਂ ਉੱਕਰ ਨਹੀਂ ਦਿੱਤਾ ਅਤੇ ਚੜ੍ਹਦੀਆਂ ਕਲਾਂ ਵਾਲੀ ਜਾਪ ਦੀ ਪਦਵੀ 'ਤੇ ਮੈਨੂੰ ਜਾ ਚੜ੍ਹਿਆ। ਹੱਥ ਜਦ ਸੱਚੀ ਕਾਰ ਵਿੱਚ ਤਦ ਰੂਪ ਹੋ ਗਏ ਤਾਂ ਮਨ ਨੂੰ ਮੈਂ ਮੁਜੱਸਮ ਸਵਧਾਨਤਾ ਹੀ ਬਣ ਗਿਆ। ਆਲਸ ਨੇੜੇ ਨਹੀਂ, ਦਲਿੱਦਰ ਦੂਰ ਹੋ ਗਿਆ। ਥਕੇਵਾਂ ਅਕੇਵਾਂ ਅਤੇ ਢਿੱਲ ਪੁਣਾ ਖਬਰ ਨਹੀਂ ਕਿੱਧਰ ਨੱਸ ਭੱਜ ਗਏ। ਐਸੀ ਸਰਬਲੋਹੀ ਸ਼ਕਤੀ ਵਰਤੀ ਅਤੇ ਐਸੀ ਸਰਬਲੋਹੀ ਰਕਸ਼ਾ ਹੋਈ ਕਿ ਮੇਰੀਆਂ ਉਂਗਲਾਂ ਦੇ ਪੋਟਿਆਂ ਵਿੱਚੋਂ ਜਿੱਥੇ ਦਵਾ ਦਬ ਸਰਬਲੋਹੀ ਮਾਲਾ ਦੇ ਮੋਤੀਆਂ ਦੀ ਘਾਸ ਪੈਂਦੀ ਸੀ, ਇਹੋ ਜਿਹੇ ਬਿਜਲੀ ਦੀਆਂ ਤਾਰਾਂ ਵਾਲੇ ਠੰਡੇ ਠਾਰ ਚਿੰਗਾਰੇ ਉੱਠੇ ਅਤੇ ਉਹਨਾਂ ਪੋਟਿਆਂ ਵਿੱਚੋਂ ਉੱਠ ਕੇ ਸਾਰੇ ਸਰੀਰ ਦੀ ਤਾਰ ਤਾਰ ਵਿੱਚ ਜਾ ਪ੍ਰਵੇਸ਼ ਹੋਏ ਕਿ ਅੱਗੇ ਜਿੱਥੇ ਜਿਗਰ ਅਸਥਾਨ 'ਤੇ ਇੱਕ ਖੰਡਾ ਖੜਕਦਾ ਸੀ, ਹੁਣ ਉੱਥੇ ਹੀ ਅਨੇਕਾਂ ਖੰਡੇ ਦੇਹੀ ਦੇ ਤਿਲ ਤਿਲ ਮਾਤਰੀ ਖੰਡ ਖੰਡ ਵਿੱਚ ਖੜਕਣ ਲੱਗ ਪਏ। ਇਸ ਦੇਹੀ ਰੂਪੀ ਪਿੰਡ ਦੀ ਇਹ ਅਖੰਡਾਕਾਰ ਖੰਡੇ ਖੜਕ ਦੀ ਦਸ਼ਾ ਦੇਖ ਕੇ ਇੱਕ ਸ਼ੈਂਤਨ ਦਿਲ ਨੇ ਧੜਕਾ ਖਾਧਾ, ਪਰ ਦੂਜੀ ਸ਼ਨ ਹੀ ਸ਼ਾਂਤ ਛਾ ਗਈ ਅਤੇ ਸੁੰਨ ਦਸ਼ਾ ਵਾਪਰ ਗਈ। ਮੈਨੂੰ ਆਪਣਾ ਸਰੀਰ ਆਪਣੇ ਆਤਮਾ ਤੋਂ ਅੱਡ ਹੋਇਆ ਦਿਸੇ, ਫਿਰ ਸਰੀਰ ਦਿਸੇ ਹੀ ਨਾ ਕਿ ਕਿੱਧਰ ਗਿਆ। ਜਾਪ ਹੀ ਜਾਪ ਦੀ ਝਰਨਾਹਟ ਪਈ ਸੁਣਾਈ ਦੇਵੇ, ਕੰਨ ਸਣੇ ਸਰੀਰ ਦੇ ਹਨ ਹੀ ਨਾ ਤਾਂ ਸੁਣਦਾ ਕੌਣ ਹੈ। ਇਸ ਝਮੇਲੇ ਵਿੱਚ ਪੈ ਕੇ ਮੈਂ ਫਿਰ ਭੁਮੱਤਰ ਗਿਆ। ਅਗਲੀ ਛਣ ਦੇਖਾਂ ਤਾਂ ਮੈਂ ਹਾਂ, ਮੈਂ ਆਤਮਾ ਸਰੂਪ ਹਾਂ। ਮੈਨੂੰ ਹੁਣ ਆਪਣਾ ਸਰੂਪ, ਆਪਣਾ ਆਪਾ ਨਿਰਾਲਾ ਹੀ ਨਜ਼ਰੀ ਆਉਣ ਲੱਗਾ। ਉਸ ਆਪੇ ਦੇ ਆਤਮ ਸਰੂਪ ਨੂੰ ਮੈਂ ਲੱਖ ਲੱਖ ਕੇ ਪੇਖ ਪੇਖ ਕੇ ਅਚਰਜੋ ਅਚਰਜ ਹੁੰਦਾ ਜਾਵਾਂ, ਪਰ ਮੈਨੂੰ ਇਸ ਸਵੈ ਪੇਖਣਹਾਰ ਦਸ਼ਾ ਦਾ ਆਨੰਦ ਸਵਾਦ ਕੁਛ ਬਾਹਲਾ ਲੰਮਾ ਨਾ ਆਵੇ, ਕਿਉਂਕਿ ਮੈਂ ਤਾਂ ਪਰਮਾਤਮ ਦੇਵ ਦੇ ਦੀਦਾਰਿਆਂ ਦਾ ਆਸ਼ਕ ਸੀ। ਮੈਨੂੰ ਉਰਲੀਆਂ ਪਰਲੀਆਂ ਪਰਚਾਵੇ ਦੀਆਂ ਚੱਟਾਂ ਕਿੱਥੇ ਲਵਾ ਸਕਦੀਆਂ ਸਨ। ਮੇਰੀ ਸਿੱਕ ਮੇਰਾ ਹਵਾ ਓਡਾ ਕਿੱਡਾ ਹੀ ਬਣਿਆ ਤਣਿਆ ਰਿਹਾ, ਮੇਰੀ ਸਿੱਕ ਸਾਵੀਂ ਦੀ ਸਾਵੀਂ, ਮੇਰੀ ਆਸ਼ਾ ਦਰਸ਼ਨ ਦੀ ਦੂਣੀ ਚੌਣੀ। ਹੋਰ ਆਸਾਂ ਦੇ ਫੁਰਨੇ ਤਾਂ ਪਹਿਲਾਂ ਹੀ ਮਿਟ ਚੁੱਕੇ ਸਨ, ਇੱਕੋ ਇਹੋ ਆਸ਼ਾ ਸੀ, ਇਸੇ ਦਾ ਫੁਰਨਾ ਸੀ।